ਮੈਂ ਮਨਪ੍ਰੀਤ ਮੈਂ ਪਿੰਡ ਚੰਬਾ ਕਲਾਂ ਤੋਂ ਮੈਂ ਚੋਲਾ ਸਾਹਿਬ MSN ਕਾਨਵੈਂਟ ਸਕੂਲ ਵਿੱਚ ਪੜ੍ਹਦੀ ਹਾਂ 8th ਕਲਾਸ ਦੇ ਵਿੱਚ ਸਾਡੇ ਸਕੂਲ ਵਿੱਚ ਜਦੋਂ ਵੀ ਕੋਈ ਕੰਪੀਟੀਸ਼ਨ ਵਗੈਰਾ ਜਾਂ ਕੋਈ ਵੀ ਕਰਵਾਇਆ ਜਾਂਦਾ ਸੀ ਤਾਂ ਮੈਂ ਪੇਂਟਿੰਗ ਦੇ ਵਿੱਚ ਪਾਰਟੀਸਪੇਟ ਕਰਦੀ ਸੀ ਅਤੇ ਜਦ ਮੈਨੂੰ ਪ੍ਰਾਈਜ਼ ਮਿਲਦਾ ਸੀ ਮੇਰੇ ਘਰ ਦੇ ਬਹੁਤ ਖੁਸ਼ ਹੁੰਦੇ ਸੀ ਮੈਨੂੰ ਵੀ ਬਹੁਤ ਖੁਸ਼ੀ ਹੁੰਦੀ ਸੀ ਅਤੇ ਇਸ ਤਰ੍ਹਾਂ ਮੇਰੇ ਘਰਦਿਆਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਪੇਂਟਿੰਗ ਦੇ ਵਿੱਚ ਮੇਰੇ ਟੀਚਰਸ ਨੇ ਵੀ ਮੈਨੂੰ ਬਹੁਤ ਸਪੋਰਟ ਕੀਤਾ ਅਤੇ ਪੇਂਟਿੰਗ ਦੇ ਵਿੱਚ ਮੇਰੀ ਬਹੁਤ ਮਦਦ ਕੀਤੀ ਅਤੇ ਇਸ ਤਰ੍ਹਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਪਰ ਮੈਨੂੰ ਕੋਈ ਮੰਚ ਨਹੀਂ ਸੀ ਮਿਲ ਰਿਹਾ ਕਿ ਪਾਰਟੀਸਪੇਟ ਕਰਨ ਦੇ ਲਈ ਅਤੇ ਇਸ ਤਰ੍ਹਾਂ ਫਿਰ KKSD ਦੀ ਟੀਮ ਸਾਡੇ ਸਕੂਲ ਵਿੱਚ ਆਈ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਸੀਂ ਸਕੂਲ ਦੇ ਵਿੱਚ ਪਾਰਟੀਸਪੇਟ ਕਰੋ ਅਤੇ KKSD ਦੀ ਪਰਫੋਰਮੈਂਸ KKSD ਦੇ ਮੰਚ ਦੇ ਉੱਤੇ ਆਪਣੀ ਕੋਈ ਵੀ ਪਰਫਾਰਮੈਂਸ ਦਿਖਾ ਸਕਦੇ ਹੋ ਇਸ ਤਰ੍ਹਾਂ ਮੈਂ ਘਰ ਆ ਕੇ ਦੱਸਿਆ ਅਤੇ ਫਿਰ ਮੇਰੇ ਪੇਰੈਂਟਸ ਨੇ ਮੈਨੂੰ ਪੂਰਾ ਸਪੋਰਟ ਕੀਤਾ ਅਤੇ KKSD ਦੇ ਵਿੱਚ ਭੇਜਿਆ ਮੈਂ ਬਹੁਤ ਥੈਂਕਸ ਕਰਦੀ ਹਾਂ KKSD ਦਾ KKSD ਦੀ ਪੂਰੀ ਟੀਮ ਦਾ ਵਰਲਡ ਕੌਂਸਲ ਜੀ ਦਾ ਜਿਨ੍ਹਾਂ ਨੇ ਸਾਨੂੰ ਮੰਚ ਪ੍ਰੋਵਾਈਡ ਕੀਤਾ ਜਿੱਥੇ ਕਿ ਅਸੀਂ ਆਪਣੀ ਪਰਫੋਰਮੈਂਸ ਦਿਖਾ ਸਕਦੇ ਹਾਂ ਅਤੇ KKSD ਦੇ ਵਿੱਚ ਹੁਣ ਮੈਂ ਪੇਂਟਿੰਗ ਦਾ ਪਰਫੋਰਮੈਂਸ ਕਰ ਰਹੀ ਹਾਂ ਮੈਂ ਪੂਰਾ ਥੈਂਕਸ ਕਰਦੀ ਹਾਂ KKSD ਦੀ ਟੀਮ ਦਾ ਅਤੇ ਵਰਲਡ ਕੌਂਸਲ ਜੀ ਦਾ ਇੱਕ ਵਾਰ ਫਿਰ ਥੈਂਕਸ KKSD ਆਲ ਦਾ ਬੈਸਟ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਬੀਰ ਸਿੰਘ ਪਿੰਡ ਚੰਬਾ ਕਲਾਂ ਮੈਂ ਆਰਮੀ ਵਿੱਚ ਜੋਬ ਕਰਦਾ ਹਾਂ ਮੇਰੀ ਲੜਕੀ ਮਨਪ੍ਰੀਤ ਕੌਰ ਜੋ ਕਿ ਪੇਂਟਿੰਗ ਦੇ ਵਿੱਚ ਬਹੁਤ ਹਿੱਸਾ ਲੈਂਦੀ ਹੈ ਪਾ ਕਰਦੀ ਹੈਗੀ ਔਰ ਇਹਨੂੰ ਪੇਂਟਿੰਗ ਤੋਂ ਬਚਪਨ ਤੋਂ ਹੀ ਬਹੁਤ ਕਾਫੀ ਸ਼ੌਂਕ ਹੈਗਾ ਇਹਨੂੰ ਕਾਫੀ ਦੀਵਾਰਾਂ 'ਤੇ ਦਰਵਾਜ਼ਿਆਂ 'ਤੇ ਪੇਂਟਿੰਗ ਕਰਦੀ ਹੁੰਦੀ ਹੈਗੀ ਔਰ ਇਹਨੂੰ ਅਸੀਂ ਕਾਫੀ ਸਪੋਰਟ ਕਰ ਰਹੇ ਹਾਂਗੇ ਇਹਨਾਂ ਨੂੰ KKSD ਵਿੱਚੋਂ ਸਕੂਲ 'ਚ ਆਇਆ ਸੀ ਡਿਪਾਰਟਮੈਂਟ ਉਹਨਾਂ ਨੇ ਦੱਸਿਆ ਹੋਇਆ ਔਰ ਇਹਨਾਂ ਨੇ ਘਰ ਆਣ ਕੇ ਗੱਲ ਕੀਤੀ ਔਰ ਇਹਨੂੰ ਅਸੀਂ ਕੀ ਆ KKSD ਵਿੱਚ ਭਾਗ ਲਵਾਉਣਾ ਸ਼ੁਰੂ ਕਰ ਦਿੱਤਾ ਜੋ ਕਿ ਹੁਣ ਤੱਕ ਇਹ ਕਾਫੀ ਰਾਊਂਡ ਪਾਰ ਕਰ ਚੁੱਕੀ ਹੈਗੀ ਔਰ ਫਾਈਨਲ ਦੇ ਵਿੱਚ ਪੈ ਚੁੱਕੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਵੀ ਇਹ ਫਾਈਨਲ ਵਿੱਚ ਅੱਛਾ ਕਰਕੇ ਆਵੇ ਔਰ ਜਿੱਤ ਕੇ ਆਵੇ ਇਹੀ ਸਾਡੀ ਉਮੀਦ ਹੈਗੀ ਇਹੀ ਸਾਡੇ ਤੋਂ ਖਵਾਹਿਸ਼ ਹੈਗੀ ਔਰ ਕੀ ਆ ਇਹਨੂੰ ਹੋਰ ਇਸ ਤੋਂ ਇਲਾਵਾ ਕਾਫੀ ਸ਼ੌਂਕ ਹੈਗੇ ਜੋ ਕਿ ਗਿੱਧਾ ਔਰ ਘਰ ਦੇ ਵਿੱਚ ਕੁਕਿੰਗ ਕਰਨਾ ਵਨ ਸਵੰਨੀਆਂ ਨੈੱਟ ਤੋਂ ਚੀਜ਼ਾਂ ਕੱਢ ਕੇ ਬਣਾਉਣ ਦਾ ਇਹਨੂੰ ਕਾਫੀ ਸ਼ੌਂਕ ਆ ਔਰ ਸਿਲਾਈ ਕਢਾਈ ਦਾ ਵੀ ਜੋ ਕਿ ਆਪਣੇ ਲੋਕਾਂ ਪਰ ਅਲੱਗ ਅਲੱਗ ਡਿਜ਼ਾਇਨ ਦੇ ਸਿਲਾਈ ਕਰਨੇ ਉਹ ਇਹਦਾ ਸ਼ੌਂਕ ਆ ਔਰ ਅਸੀਂ ਉਮੀਦ ਕਰਦੇ ਹਾਂ ਵੀ ਇਹ ਅੱਗੇ ਤੋਂ ਕੀ ਆ ਵੱਧ ਚੜ੍ਹ ਕੇ ਕੰਮ ਕਰੇ ਔਰ ਸਾਨੂੰ ਸਾਡੇ ਵੱਲੋਂ ਪੂਰਾ ਸਹਿਯੋਗ ਆ ਸਾਡਾ ਔਰ ਪਿੰਡ ਦਾ ਨਾਂ ਰੋਸ਼ਨ ਕਰੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਮਰਜੀਤ ਹੈ ਮੈਂ ਪਿੰਡ ਚੰਬਾ ਕਲਾਂ ਤੋਂ ਹਾਂ ਅਤੇ ਮੇਰੀ ਬੇਟੀ ਮਨਪ੍ਰੀਤ ਜੋ MSN ਕੋਨਵਰਟ ਸਕੂਲ ਚੋਲਾ ਵਿੱਚ ਪੜ੍ਹਦੀ ਹੈ ਉਹ ਪੇਂਟਿੰਗ ਵਿੱਚ ਭਾਗ ਲੈ ਰਹੀ ਹੈ ਉਸਨੂੰ ਸ਼ੁਰੂ ਤੋਂ ਹੀ ਪੇਂਟਿੰਗ ਦਾ ਬਹੁਤ ਸ਼ੌਂਕ ਸੀ ਜਦ ਛੋਟੀ ਸੀ 3rd-4th ਵਿੱਚ ਪੜ੍ਹਦੀ ਸੀ ਉਦੋਂ ਤੋਂ ਹੀ ਪੇਂਟਿੰਗ ਬਹੁਤ ਵਧੀਆ ਕਰਦੀ ਸੀ ਸ਼ੁਰੂ ਤੋਂ ਹੀ ਉਸਨੂੰ ਸ਼ੌਂਕ ਸੀ ਦੀਵਾਰਾਂ 'ਤੇ ਪੇਂਟਿੰਗ ਕਰਦੀ ਸੀ ਔਰ ਕਦੀ ਮਤਲਬ ਕੋਈ ਵੀ ਜਦੀ ਉਹਨੂੰ ਉਹਦਾ ਦਿਲ ਚ ਵਿਹਲੇ ਟਾਈਮ ਉਸੇ ਟਾਈਮ ਉਸਨੇ ਪੇਂਟਿੰਗ ਕਰਨੀ ਸ਼ੁਰੂ ਕਰ ਦੇਣੀ ਡਰਾਇੰਗ ਕਰਨੀ ਸ਼ੁਰੂ ਕਰ ਦੇਣੀ ਔਰ ਜੋ ਕਾਪੀਆਂ 'ਤੇ ਕੰਮ ਮਿਲਦਾ ਸੀ ਉਹਦੇ ਵਿੱਚ ਵੀ ਉਹ ਜੋ ਮਤਲਬ ਚਿੱਤਰ ਹੁੰਦਾ ਸੀ ਉਹ ਕਾਪੀ ਦੀ ਲਿਖਾਈ ਦੇ ਨਾਲ ਨਾਲ ਉਹ ਚਿੱਤਰ ਵੀ ਬਣਾਉਂਦੀ ਸੀ ਅਤੇ ਇੱਥੋਂ ਉਸਦੀ ਡਰਾਇੰਗ ਬਹੁਤ ਵਧੀਆ ਸਕੂਲ ਨੂੰ ਵੀ ਬਹੁਤ ਵਧੀਆ ਲੱਗੀ ਔਰ ਸਕੂਲ ਵਿੱਚ ਕਦੇ ਵੀ ਕੋਈ ਕੰਪੀਟੀਸ਼ਨ ਹੁੰਦਾ ਸੀ ਤਾਂ ਉਹ ਮਨਪ੍ਰੀਤ ਨੂੰ ਜ਼ਰੂਰ ਹਿੱਸਾ ਦਿੰਦੇ ਸੀ ਅਤੇ ਇਸ ਲਈ ਉਸ ਨੂੰ MSN ਸਕੂਲ ਕੋਨਵੈਂਟ ਤੋਂ ਵੀ 2 ਸਰਟੀਫਿਕੇਟ ਮਿਲੇ ਪੇਂਟਿੰਗ ਵਿੱਚ KKSD ਵਾਲੇ ਆਏ ਔਰ ਉਹਨਾਂ ਨੇ ਉੱਧਰ ਵੀ ਇਹਨੂੰ ਭਾਗ ਲੈਣ ਵਾਸਤੇ ਬੋਲਿਆ ਔਰ ਮਨਪ੍ਰੀਤ ਨੇ ਉੱਧਰ ਵੀ ਭਾਗ ਲਿਆ ਔਰ ਅਸੀਂ ਵੀ ਇਸ ਦੀ ਬਹੁਤ ਸਹਾਇਤਾ ਕੀਤੀ ਪਹਿਲੇ ਤਾਂ ਮੰਨਦੀ ਨਹੀਂ ਸੀ ਉੱਧਰ ਜਾਣ ਨੂੰ ਫਿਰ ਅਸੀਂ ਕਿਹਾ ਕਿ ਨਹੀਂ ਬੇਟਾ ਤੂੰ ਕੋਈ ਗੱਲ ਨਹੀਂ ਹੈ ਤੂੰ ਹਿੱਸਾ ਤਾਂ ਲੈ ਦੇਖਿਆ ਜਾਏਗਾ ਫਿਰ ਇਹ ਚਲੇ ਗਈ ਔਰ ਇਸ ਨੇ ਹੁਣ KKDH ਵਿੱਚ ਕਾਫੀ ਰਾਊਂਡ ਪਾਸ ਕੀਤੇ ਹੈ ਔਰ ਫਾਈਨਲ ਵਿੱਚ ਜਾ ਪਹੁੰਚੀ ਹੈ ਔਰ ਸਾਨੂੰ ਬੜਾ ਇਸ ਬੇਟੀ 'ਤੇ ਮਾਣ ਹੈ ਔਰ ਮੇਰੀ ਬੇਟੀ ਘਰ ਦੇ ਕੰਮ ਵਿੱਚ ਵੀ ਮੇਰੀ ਬਹੁਤ ਹੈਲਪ ਕਰਦੀ ਹੈ ਕੁਕਿੰਗ ਦਾ ਕੰਮ ਕੋਈ ਵੀ ਜਦ ਕੋਈ ਗੈਸਟ ਆਉਂਦਾ ਹੈ ਕੁਕਿੰਗ ਦਾ ਕੰਮ ਇਹੀ ਕਰਦੀ ਹੈ ਸਭ ਕੁਝ ਬਣਾਉਂਦੀ ਹੈ ਖਾਣਾ ਵੀ ਬਣਾਉਂਦੀ ਮੇਰੇ ਨਾਲ ਔਰ ਇਹ ਜੋ ਘਰੇਲੂ ਕੰਮ ਯਾਨੀ ਕਿ ਜਦਕਿ ਮੈਨੂੰ ਉਸ ਕੰਮ ਦੀ ਜਾਂਚ ਨਹੀਂ ਸੀ ਪਿੱਲੋ ਕਵਰ ਬਣਾਉਂਦੀ ਹੈ ਬਹੁਤ ਸੋਹਣੇ ਗੱਦੀਆਂ ਦੇ ਕਵਰ ਮਤਲਬ ਬਹੁਤ ਸੋਹਣੇ ਬਣਾਉਂਦੀ ਹਰੇਕ ਕੰਮ ਇਹ ਕਰ ਲੈਂਦੀ ਸਿਲਾਈ ਕਢਾਈ ਦਾ ਵੀ ਅਤੇ ਮੈਨੂੰ ਆਪਣੀ ਬੇਟੀ ਉੱਪਰ ਬਹੁਤ ਗਰਵ ਆ ਮਾਣ ਆ ਸਕੂਲ ਦੇ ਟੀਚਰਾਂ ਨੂੰ ਵੀ ਇਸ ਬੇਟੀ 'ਤੇ ਬਹੁਤ ਮਾਣ ਆ
ਉਹ ਵੀ ਕਦੇ ਵੀ ਕੋਈ ਵੀ ਪ੍ਰੋਗਰਾਮ ਹੁੰਦਾ ਜਾਂ ਕੋਈ ਡੈਕੋਰੇਸ਼ਨ ਵਾਲਾ ਕੰਮ ਸਕੂਲ ਵਿੱਚ ਕਰਨਾ ਹੁੰਦਾ ਤਾਂ ਇਸੇ ਨੂੰ ਹੀ ਬੋਲਦੇ ਆ। ਔਰ ਮੈਂ ਚਾਹੁੰਦੀ ਹਾਂ ਕਿ ਮੇਰੀ ਬੇਟੀ KKDS ਵਿੱਚ ਜਿੱਤ ਕੇ ਆਵੇ ਅਤੇ ਸਾਰੇ ਪਿੰਡ ਨੂੰ, ਸਾਨੂੰ, ਮਾਂ ਬਾਪ ਨੂੰ, ਸਕੂਲ ਦੇ ਟੀਚਰਾਂ ਨੂੰ ਇਸ ਦੇ ਉੱਪਰ ਬਹੁਤ ਗਰਵ ਹੈ। ਅਤੇ ਮਤਲਬ ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੀ ਬੇਟੀ ਦੀ ਵੀ ਆਸ ਮੁਰਾਦ ਪੂਰੀ ਹੋਵੇ। Good morning, I am Harpreet Kaur. I am in charge of 8th standard. Manpreet Kaur is my student. She is very good. She is very good in art and craft. और जो भी हमारे स्कूल में और भी जो activities होती हैं उसमें भी लड़की बहुत अच्छी है। I am very proud of her. बहुत हमें अच्छा महसूस होता है और बड़ा proud हम feel करते हैं ऐसे students को, तो हम ऐसे ही प्रे करते हैं कि ऐसे हमारे स्टूडेंट्स आगे ऐसे ही सक्सेस लेते रहें और ऐसे ही अचीवमेंट्स को हासिल करते रहें। थैंक यू। नमस्ते, आई एम द प्रिंसिपल ऑफ एमएसएन कॉन्वेंट स्कूल, सीनियर सेकेंडरी स्कूल ऑफ टोला सैल। And we are very proud that our student Manpreet Kaur of 8th standard is selected. Kisme hai kitna hai dam, bada proud feel kar rahe hum log ki hamari jo bachchi hai wo grand finale mein select ho chuki hai. And main batana chahungi ki jo beti hai she is very creative, bahut outstanding hai aur badi achhi handwriting bhi hai bachche ki, aur jis mein bhi usne participate kiya hai she always rock over there. And she has given us a very output, very good result, colorful results. और मैं bless करती हूँ उस बच्ची को कि आने वाले समय में भी ये अच्छा result लेके आए और final में select हो जाए। हमारी blessings बच्चे के साथ हैं। Thank you very much.